ਅੰਮ੍ਰਿਤਸਰ ਦੇ ਵਿੱਚ ਦੋਧੀ ਦੇ ਕਤਲ ਮਾਮਲੇ 'ਚ ਹੁਣ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ। ਦੱਸ ਦਈਏ ਕਿ ਸ਼ਰੇਆਮ ਜਦੋਂ ਦੋਧੀ ਦੁੱਧ ਪਾਉਣ ਦੇ ਲਈ ਪਿੰਡ ਦੇ ਬਾਹਰ ਨਿਕਲਿਆ ਤਾਂ ਦੂਸਰੇ ਪਿੰਡ ਜਾਂਦੇ ਸਮੇਂ ਰਾਹ ਦੇ ਵਿੱਚ ਘੇਰ ਕੇ ਉਸਨੂੰ ਗੋਲੀਆਂ ਮਾਰੀਆਂ ਗਈਆਂ ਸੀ। ਅਤੇ ਹੁਣ ਇਸ ਕੇਸ ਦੇ ਵਿੱਚ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਅਤੇ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ। ਦਰਅਸਲ ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਸ ਦੋਧੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 11 ਲੱਖ ਰੁਪਏ ਅਮੈਰੀਕਾ ਤੋਂ ਹਮਲਾਵਰਾਂ ਨੂੰ ਸੁਪਾਰੀ ਭੇਜੀ ਗਈ ਸੀ ਅਤੇ ਫਿਰ ਉਸ ਤੋਂ ਬਾਅਦ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਦੱਸ ਦਈਏ ਕਿ 29 ਅਗਸਤ ਨੂੰ ਜਦੋਂ ਇੱਕ ਦੁੱਧ ਵਾਲਾ ਦੋਧੀ ਕੁਲਬੀਰ ਸਿੰਘ ਉਸਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਦੁੱਧ ਪਾਉਣ ਦੇ ਲਈ ਜਦੋਂ ਆਪਣੇ ਪਿੰਡ ਤੋਂ ਨਿਕਲਿਆ ਤਾਂ ਜਿਵੇਂ ਹੀ ਜਦੋਂ ਦੂਸਰੇ ਪਿੰਡ ਦੇ ਵਿੱਚ ਪਹੁੰਚਿਆ ਤਾਂ ਉੱਥੇ ਕਾਰ ਦੇ ਵਿੱਚ ਸਵਾਰ ਇਸ ਦੋਧੀ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਇਸ ਦੋਧੀ ਦੀ ਮੌਤ ਹੋ ਗਈ ਸੀ। ਹਾਲਾਂਕਿ ਬਾਰਿਸ਼ ਜ਼ਿਆਦਾ ਹੋ ਰਹੀ ਸੀ, ਅੱਗੇ ਇਹ ਦੋਧੀ ਬਾਈਕ ਦੇ ਉੱਤੇ ਜਾਂਦਾ ਸੀ ਦੁੱਧ ਪਾਉਣ ਦੇ ਲਈ, ਪਰ ਦੱਸਿਆ ਜਾ ਰਿਹਾ ਕਿ ਜਦੋਂ ਬਾਰਿਸ਼ ਜ਼ਿਆਦਾ ਸੀ ਤਾਂ ਇਹ ਆਪਣੇ ਘਰੋਂ ਕਾਰ 'ਤੇ ਨਿਕਲਦਾ ਅਤੇ ਰਾਹ ਦੇ ਵਿੱਚ ਬਾਈਕ ਸਵਾਰਾਂ ਦੇ ਵੱਲੋਂ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਹਾਲਾਂਕਿ ਕੁਝ ਸਾਲ ਪਹਿਲਾਂ ਹੀ ਇਹ ਜੇਲ੍ਹ ਦੇ ਵਿੱਚੋਂ ਬਰੀ ਹੋ ਕੇ ਆਇਆ ਅਤੇ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਨਾਲ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਉਹ ਮਨ ਦੇ ਵਿੱਚ ਕਾਫੀ ਜ਼ਿਆਦਾ ਖੁੰਦਕ ਰੱਖਦੇ ਸੀ ਅਤੇ ਇਸ ਖੁੰਦਕ ਦੇ ਕਾਰਨ ਹੀ ਵਿਦੇਸ਼ ਤੋਂ ਬੈਠ ਕੇ ਇਹ ਸਾਰੇ ਹੀ ਕਤਲ ਦੀ ਸਾਜ਼ਿਸ਼ ਰਚੀ ਗਈ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ। ਉਹ ਦੁੱਧ ਪਾਉਣ ਗਏ ਸੀ ਇੱਥੇ ਜੰਡਿਆਲੇ, ਪਹਿਲਾਂ ਇਸ ਪਿੰਡ 'ਚ ਪਾਉਣਾ ਸੀ ਅਤੇ ਫਿਰ ਜੰਡਿਆਲੇ ਜਾਣਾ ਸੀ, ਫਿਰ ਤਲਾਵੇਂ ਪਾ ਕੇ ਅਤੇ ਉਹਨਾਂ ਨੇ ਜੰਡਿਆਲੇ ਚੜ੍ਹਨਾ ਸੀ ਅਤੇ ਜੰਡਿਆਲੇ ਦੇ ਅਤੇ ਤਲਾਵੇਂ ਦੇ ਇੱਥੇ ਸੈਂਟਰ 'ਚ ਉਹਨਾਂ ਨੇ ਪਿੱਛਾ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਹਨਾਂ ਦੀ ਡੈਥ ਹੋ ਗਈ। ਪੁਲਿਸ ਕੋਈ ਕਾਰਵਾਈ ਨਹੀਂ ਕਰਨ ਲਈ, ਜਿਹੜੇ ਫੜੇ ਸੀ ਉਹ ਸਿਰਫ 2 ਬਿਰਤ ਰਹਿ ਗਏ, ਬਾਕੀ ਉਹਨਾਂ ਨੇ ਸਾਰੇ ਛੱਡ ਦਿੱਤੇ ਅਤੇ ਜਿਹੜਾ ਘਰ ਦਾ ਸਮਾਨ ਉਹ ਪੁਲਿਸ ਉਹਨਾਂ ਦੇ ਨਾਲ ਆਣ ਕੇ ਉਹਨਾਂ ਦੀ ਹੈਲਪ ਕਰਨ ਲਈ ਹੈ, ਉਹ ਸਾਰਾ ਸਮਾਨ ਲਈ ਜਾਣ ਲਿਆ। ਰਿਸ਼ਤੇਦਾਰ ਨੇ ਨਾ ਉਹਨਾਂ ਦਾ ਕੋਈ ਅਰੈਸਟ ਕੀਤਾ ਗਿਆ, ਨਾ ਉਹਨਾਂ ਦੇ ਜਿਹੜੇ ਮੇਨ ਬੰਦੇ ਆ ਜਿਹੜੇ ਅਮੈਰੀਕਾ 'ਚ ਬੈਠੇ ਆ ਜਗਰੂਪ ਸਿੰਘ ਅਤੇ ਸੁੱਖ, ਉਹਨਾਂ ਨੇ ਮੇਰੇ ਬੱਚੇ ਪਤੀ ਦਾ ਕਤਲ ਕਰਵਾਇਆ ਜਿਨ੍ਹਾਂ ਨੇ ਕੰਜਰਾਂ ਨੇ, ਉਹਨਾਂ ਨੂੰ ਪੁਲਿਸ ਨੇ ਨਹੀਂ ਕੋਈ ਐਕਸ਼ਨ ਨਹੀਂ ਲਿਆ, ਸਿਰਫ ਇੱਕ ਮੁੰਡੇ ਦਾ ਨਾਂ ਪਾਇਆ, ਦੱਸਣ ਦੇ ਬਾਵਜੂਦ ਵੀ ਸੁੱਖੇ ਦਾ ਨਾਂ ਨਹੀਂ, ਸਾਰਾ ਪਵਾੜਾ ਸੁੱਖੇ ਦਾ ਹੈ। ਸੁੱਖੇ ਨੇ ਉਹਨੂੰ ਜਾ ਕੇ ਮਜਬੂਰ ਕੀਤਾ, ਸਪਾਰੀ ਭੇਜੀ ਗਈ ਆ ਇੱਥੋਂ ਬੰਦੇ ਗੈਂਗਸਟਰਾਂ ਦੇ ਰਾਹੀਂ, ਇਹ ਮਰਡਰ ਹੋਇਆ। ਅਮਰੀਕਾ ਤੋਂ ਸਪਾਰੀ ਆਈ ਹੈ, ਜਗਰੂਪ ਸਿੰਘ ਨੇ 11 ਲੱਖ ਰੁਪਇਆ ਅਕਾਊਂਟ 'ਚ ਭੇਜਿਆ ਅਤੇ ਇੱਥੇ ਜਿਹੜਾ ਮੇਨ ਆ ਤਲਾਵੇਂ ਦਾ ਲੜਕਾ ਜਿਹਨੇ ਕੁਲਬੀਰ ਨੂੰ ਫੋਨ 2 ਮਿੰਟ ਪਹਿਲਾਂ ਕੀਤਾ ਕਿ ਕੁਲਬੀਰ ਦੁੱਧ ਲੈ ਕੇ ਆਏਗਾ ਤਾਂ ਤੂੰ ਚੱਕਦਾ ਹੈ ਕਿ ਕੁਲਬੀਰ ਦੁੱਧ ਲੈ ਕੇ ਆਏਗਾ ਅਤੇ ਕੁਲਬੀਰ ਨੂੰ ਲੱਗਾ ਕਿ ਸ਼ਾਇਦ ਕਿ ਦੁੱਧ ਵਾਲੇ ਦਾ ਫੋਨ ਹੋਏਗਾ ਘਰ ਵਾਲੇ ਦਾ, ਤਾਂ ਕਹਿੰਦੇ ਆ ਗਿਆ ਆ ਗਿਆ। ਉਹਨੇ ਟਾਈਮ ਉਹਨਾਂ ਨੂੰ ਨੋਟ ਕਰਾਇਆ ਅਤੇ ਪਿੱਛਾ ਕਰਕੇ ਉਹਨਾਂ ਨੇ ਮਰਡਰ ਕੀਤਾ, ਕੋਈ ਅਰੈਸਟ ਨਹੀਂ ਇਹਨਾਂ ਨੇ ਕੀਤਾ, ਕੋਈ ਅਰੈਸਟ ਨਹੀਂ ਕੀਤਾ ਗਿਆ, ਪੂਰੀ ਹੈਲਪ ਪੁਲਿਸ ਦੀ ਉਸ ਸਾਈਡ ਤੇ। ਫਰੋਤੀ ਪਹਿਲਾਂ ਜਿਹੜਾ ਉਹੀ ਕੇਸ ਜਿਹੜਾ ਬਰੀ ਹੋ ਗਿਆ ਤੁਹਾਨੂੰ ਵੀ ਉਦੋਂ ਦੇ ਕੇਸ 2-3 ਸਾਲ ਚੱਲਿਆ ਤੇ ਕੁਲਬੀਰ ਬਰੀ ਹੋ ਗਏ, ਕੁਲਬੀਰ ਬਰੀ ਹੋ ਕੇ ਘਰ ਆਇਆ ਨੂੰ 13 ਸਾਲ ਹੋ ਗਏ ਆ ਤੇ ਕੁਲਬੀਰ ਆਪਣੀ ਮਿਹਨਤ ਮਜ਼ਦੂਰ ਕਰਨ ਵਾਲੇ ਸੀ, ਆਪਣਾ ਮਿਹਨਤ ਦੀ ਕਮਾਈ ਕਰਨ ਵਾਲੇ ਸੀ, ਰੋਜ਼ਾਨਾ ਦਾ ਉਹਨਾਂ ਦੇ ਉਹਨਾਂ ਨੂੰ ਪਤਾ ਸੀ ਕਿ ਦੁੱਧ ਲੈ ਕੇ ਜਾਂਦੇ ਹੀ ਜਾਂਦੇ, ਉਹਨਾਂ ਸਿਰਫ ਉਹਦਾ ਟਾਈਮ ਚੱਕਿਆ, ਸਪਾਰੀ ਦੇ ਕੇ ਮਰਡਰ ਕਰਵਾਇਆ ਗਿਆ, ਪਰ ਹੁਣ ਕੋਈ ਸਾਡੀ ਸੁਣਵਾਈ ਨਹੀਂ ਹੋਣ ਡਈ। ਸਾਲੇ ਇਹਨਾਂ ਨਾਲ ਪਹਿਲਾਂ ਝਗੜਾ ਹੋਇਆ ਸੀ, ਉਹ ਸਾਨੂੰ ਕੋਰਟ ਨੇ ਬਰੀ ਕਰ ਦਿੱਤਾ, ਉਹਦੀ ਰੰਜਿਸ਼ ਸਾਡੇ ਨਾਲ ਮਿੱਠੇ ਹੋ ਰਹੇ, ਹੁਣ ਇਹਨਾਂ ਨੇ ਬਾਹਰੋਂ ਪੈਸੇ ਮੰਗਵਾ ਕੇ ਤੇ ਉਹ ਇਹਨਾਂ ਦਾ ਇੱਕ ਭਣੇਵਾਂ ਵਾ ਉੱਥੇ, ਇੱਕ ਇਹਦਾ ਮੁੰਡਾ ਵਾ, ਉਹਨਾਂ ਫਰੋੜੀ ਦੇ ਕੇ ਤੇ ਸਾਡਾ ਮੁੰਡਾ ਮਰਵਾ ਦਿੱਤਾ। ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ,
ਪੁਲਿਸ ਆਖੀ ਜਾਂਦੀ ਆ ਫੜਿਆ ਬੰਦੇ, ਉਹ ਬੁੱਢਾ ਬੁੱਢੀ ਇਹਨਾਂ ਦਾ ਮਾਂ ਪਿਓ ਫੜਿਆ ਵਾ, ਉਹ ਜੇਲ੍ਹ 'ਚ ਘਲਾਤਾ ਵਾ, ਕੋਈ ਪੁਲਿਸ ਨੇ ਨਾਲ ਖੁਦ ਆਣ ਕੇ ਇਹਨਾਂ ਦੇ ਘਰੋਂ ਸਾਰਾ ਸਮਾਨ ਚੁਕਾਇਆ ਵਾ, ਦਸੂਹੇ ਦੀ ਪੁਲਿਸ ਆਈ ਆ, ਅਸੀਂ ਐਸ ਓ ਸਾਹਿਬ ਨੂੰ ਸੱਦਿਆ ਵਾ, ਉਹਨੂੰ ਆਖਿਆ ਵੀ ਆਉਂਦਾ ਬੰਦੇ ਚਲੇ ਗਏ, ਮੈਂ ਕਿਹਾ ਬੰਦੇ ਤੁਹਾਨੂੰ ਫੜਾ ਦਿੰਦੇ, ਆਉਂਦੇ ਚੁੱਪ ਕਰੋ ਸਾਡੀ, ਉਹ ਪੁਲਿਸ ਨਾਲ ਰਲ ਕੇ ਇੱਥੋਂ ਘਰੋਂ ਇਹਨਾਂ ਦਾ ਸਾਰਾ ਗੱਡੀ ਵੀ ਲੈ ਗਏ ਆ, ਕੈਮਰੇ ਵੀ ਇਹਨਾਂ ਦੇ ਆਪਣੇ ਜਿੰਨਾ ਵੀ ਸਮਾਨ ਆ, ਏ ਸੀ ਉਸੀ ਲਾ ਕੇ ਸਾਰਾ ਪੁਲਿਸ ਨਾਲ ਆ ਕੇ ਉਹਨੂੰ ਚੁਕਾ ਦਿੱਤਾ, ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਜੇ ਜੇ ਪੁਲਿਸ ਅਸੀਂ ਭੋਗਦਾ ਕੇ ਵੇਖਣਾ ਵਾ, ਜੇ ਪੁਲਿਸ ਨੇ ਨਾ ਸਾਨੂੰ ਇਨਸਾਫ਼ ਮਿਲਿਆ, ਅਸੀਂ ਐਸ ਐਸ ਬੀ ਦੇ ਪੇਸ਼ ਹੋਵਾਂਗੇ, ਉਦੋਂ ਬਾਅਦ ਅਸੀਂ ਡੀ ਡੀ ਰੋਡ ਜਾਮ ਕਰਾਂਗੇ, ਅਸੀਂ ਉਦੋਂ ਉੱਠਾਂਗੇ ਜਦੋਂ ਇਹ ਬੰਦੇ ਫੜ ਲੈਣਗੇ। ਧੱਕਾ ਆਇਆ ਸਾਡੇ ਦੇ ਘਰ ਜਾੜ ਕੱਢਿਆ, ਨਿੱਕੇ ਨਿੱਕੇ ਬੱਚੇ ਆ ਵਿਚਾਰੇ। ਹਾਂਜੀ, ਆਪਣਾ ਨਾਮ? ਮੇਰਾ ਨਾਮ ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ, ਜਿਸ ਦੀ ਮੌਤ ਹੋਈ ਆ, ਕੌਣ ਸੀ ਉਹ ਤੇ ਕਿੰਨੇ ਉਹਦਾ ਕਤਲ ਕੀਤਾ? ਉਹ ਜੀ ਕੁਲਬੀਰ ਸਿੰਘ ਉਹਦਾ ਨਾਂ, ਉਹ ਮੇਰਾ ਲੜਕਾ ਸੀ, ਉਹਦਾ ਕਤਲ ਕੀਤਾ ਵਾ। ਠੀਕ ਆ, ਉਹਨਾਂ ਨੇ ਉਹਦਾ ਪਿੱਛਾ ਕਰਕੇ ਅਤੇ ਤਲਾਵੇਂ ਪਿੰਡ ਤੋਂ ਉਹ ਅੱਗੇ ਜਾ ਕੇ ਜੰਡਿਆਲੇ ਵੱਲ ਨੂੰ ਜਾ ਰਿਹਾ ਸੀਗਾ, ਉੱਥੇ ਉਹਨੂੰ ਘੇਰ ਕੇ ਅਤੇ ਉਹਦਾ ਉਹਨਾਂ ਨੇ ਕਤਲ ਕਰ ਦਿੱਤਾ। ਉਹਨਾਂ ਉਹਨੂੰ ਗੋਲੀਆਂ ਮਾਰੀਆਂ ਅਤੇ ਉਹ ਮੁੜ ਕੇ ਉਸ ਤੋਂ ਬਾਅਦ 'ਚ ਪੁਲਿਸ ਨੇ ਦੋ ਬੁੱਢੇ ਬਰੂੜੀਆਂ ਨੂੰ ਇੱਥੋਂ ਪਿੰਡੋਂ ਫੜ ਕੇ, ਜਿਹੜੇ ਵੀ ਮੇਨ ਜਿਨ੍ਹਾਂ ਦੇ ਕੋਲ ਫਰੌਤੀ ਜਿਨ੍ਹਾਂ ਦਿੱਤੀ ਉਹ ਇੱਥੇ ਸੀਗੇ, ਉਹਨਾਂ ਨੂੰ ਪੁਲਿਸ ਨੇ ਫੜ ਕੇ ਖੜਿਆ। ਉਸ ਤੋਂ ਬਾਅਦ ਆ ਹੋਰ ਬੰਦੇ ਦੇ ਜਿਹੜਾ ਮੇਨ ਬੰਦਾ ਉਹ ਪਿੰਡ ਦੇ ਵਿੱਚ ਉੱਥੇ ਘੁੰਮਣ ਡਿਆ ਜੇ ਤਖਤੂ ਚੱਕ, ਅਤੇ ਇਹਨਾਂ ਨੇ ਉਹਨਾਂ ਦੇ ਹੋਰ ਬੰਦਿਆਂ ਨੂੰ ਨਹੀਂ ਫੜਿਆ, ਉਹ ਜਿਹੜੇ ਬੁੱਢਾ ਬਰੂੜੀ ਜਿਨ੍ਹਾਂ ਫਰੌਤੀ ਦਿੱਤੀ ਉਹਨਾਂ ਜਿਹੜੀ ਫਰੌਤੀ ਦੇਣ ਵਾਲੇ ਬੰਦੇ ਉਹ ਦੋ, ਉਹ ਇੱਕ ਇਹਨਾਂ ਦਾ ਸਗਾ ਆਪਣੇ ਮਾਵਾਂ ਉਹ ਜਿਹੜੇ ਬੁੱਢਾ ਬਰੂੜੀ ਹੈਗੇ, ਅਤੇ ਜਿਹੜਾ ਇਹਨਾਂ ਦਾ ਇੱਕ ਇਹਨਾਂ ਦਾ ਮੁੰਡਾ ਵਾ, ਠੀਕ ਹੈ, ਉਹ ਦੋ ਬੰਦੇ ਉਹਨਾਂ ਦੋਵਾਂ ਨੇ ਇਹਨਾਂ ਨੂੰ ਫਰੌਤੀ ਦਿੱਤੀ ਆ ਵੀ ਤੁਸੀਂ ਆਹ ਕੰਮ ਕਰ ਲਓ, ਉਹਨਾਂ ਫਰੌਤੀ ਦੇ ਕੇ ਇਹ ਕੰਮ ਕਰਾਤਾ ਵਾ। ਅਤੇ ਇਹਨਾਂ ਨੇ ਜਿਹੜਾ ਮੇਨ ਹੈੱਡ ਫਰੌਤੀ ਦੇ ਲੈਣ ਵਾਲਾ ਜਾਂ ਸਭ ਕੁਛ ਕਰਨ ਵਾਲਾ ਬਾਕੀ ਬੰਦੇ ਉਹਦੇ ਨਾਲ ਆ, ਉਹ ਕੌਣ ਹੈ? ਹਾਂ, ਉਹਨਾਂ ਦੇ ਬਾਰੇ, ਉਹ ਜਿਹੜਾ ਤਖ਼ਤ ਚੱਕਦਾ ਬੰਦਾ ਵਾ ਜਿਹਦੇ ਨੇ ਫਰੌਤੀ ਲਈ ਜਾਂ ਗਾੜੀ ਵੰਡੀ ਆ, ਠੀਕ ਆ, ਦੂਜੇ ਬੰਦੇ ਸਾਨੂੰ ਅਜੇ ਤੀਕਰ ਨਹੀਂ ਪਤਾ ਕਿ ਉਹ ਕਿੱਥੋਂ ਦੇ ਆ। ਕਹਿੰਦੇ ਅਮਰੀਕਾ ਦਾ ਰਹਿਣ ਵਾਲਾ ਬੰਦਾ ਜਿਹਨੇ ਫਰੌਤੀ ਦਿੱਤੀ ਹੈ, ਜਿਹਨੇ ਫਰੌਤੀ ਜਿਹੜੀ ਆ ਉਹ ਇੱਥੇ ਉਹਦਾ ਮਾਂ ਅਤੇ ਪਿਓ ਰਹਿੰਦਾ ਵਾ, ਅਤੇ ਇੱਕ ਹਾਂ ਅਤੇ ਉਹ ਅਮਰੀਕਾ 'ਚ ਰਹਿੰਦਾ ਵਾ, ਉੱਥੋਂ ਇਹਨਾਂ ਨੇ ਉਹਨਾਂ ਫਰੌਤੀ ਘੱਲੀ ਆ। ਇਹ ਉਹ ਇੱਕ ਇਹਨਾਂ ਦਾ ਮੁੰਡਾ ਵਾ ਅਤੇ ਇੱਕ ਇਹਨਾਂ ਦਾ ਭਣੇਵਾ ਵਾ, ਦੋ ਬੰਦੇ ਆ ਉੱਥੇ, ਉਹਨਾਂ ਦੋਵਾਂ ਨੇ ਫਰੌਤੀ ਇਸੇ ਢੰਗ 'ਚ ਹੀ ਦਿੱਤੀ ਆ ਵੀ ਇਸ ਬੰਦੇ ਦਾ ਕਤਲ ਕਰ ਦਿਉ, ਅਤੇ ਇਹ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਅਤੇ ਇਹ ਮੰਨ ਵੀ ਗਏ ਵੀ ਅਸੀਂ ਕਰਵਾਇਆ ਵਾ, ਸਾਡੇ ਕੋਲ ਗਲਤੀ ਹੋ ਗਈ ਆ, ਅਤੇ ਵੀ ਸਾਡੇ ਤੋਂ ਇਹਨਾਂ ਨੇ ਮਰਵਾ ਦਿੱਤੇ ਆ, ਸਾਡਾ ਪੁੱਤ ਮਰਵਾ ਦਿੱਤਾ, ਅਤੇ ਇਹ ਹੁਣ ਆਉਂਦੇ ਵੀ ਸਾਡੀ ਗਲਤੀ ਹੋ ਗਈ, ਅਤੇ ਗਲਤੀ ਇਹਨਾਂ ਦੀ ਕਾਹਦੀ ਗਲਤੀ, ਅਤੇ ਇਹਨਾਂ ਜਿਹੜਾ ਜੋ ਕਰਨਾ ਸੀ ਸਾਡਾ, ਅਤੇ ਇਹਨਾਂ ਮੇਰਾ ਇਕੱਲਾ ਪੁੱਤ ਸੀਗਾ ਅਤੇ ਉਹ ਮਰਵਾ ਕੇ ਅਤੇ ਖਤਮ ਕਰਤਾ। ਫਰੌਤੀ ਦੇਣ ਦੀ ਵਜ੍ਹਾ ਕੀ ਨਿਕਲੀ? ਹਾਂਜੀ, ਪਹਿਲਾਂ ਸਾਡਾ ਝਗੜਾ ਹੋਇਆ ਸੀਗਾ, ਅਸੀਂ ਕੇਸ ਝਗੜਿਆ ਵਾ, ਕੇਸ ਦੇ ਵਿੱਚ ਅਸੀਂ ਜਿੱਤੇ ਹਾਂ, ਠੀਕ ਆ, ਅਤੇ ਸਾਡਾ ਉਹ ਜਿਹੜਾ ਝਗੜਾ ਸੀਗਾ ਉਹਦੇ ਵਿੱਚ ਉਹ ਸਾਡੇ ਮੁੰਡੇ ਦਾ ਝੂਠਾ ਨਾਂ ਲੱਗਾ ਸੀਗਾ, ਅਤੇ ਜੋ ਝੂਠਾ ਨਾਂ ਲਾ ਤਾਂ ਪੁਲਿਸ ਨੇ ਸਭ ਕੁਛ ਉਹਨਾਂ ਆਪਣੀ ਕਾਰਵਾਈ ਕੀਤੀ, ਅਤੇ ਮੁੰਡਾ ਸਾਡਾ ਵਾ 2 ਸਾਲ ਜੇਲ੍ਹ 'ਚ ਰਿਹਾ, ਉਸ ਤੋਂ ਬਾਅਦ ਜੋ ਫੈਸਲਾ ਆਇਆ ਮੁੰਡਾ ਬਰੀ ਹੋ ਕੇ ਘਰ ਆ ਗਿਆ, ਅਤੇ ਝੂਠ ਇਹਨਾਂ ਨੇ ਉਹ ਵੀ ਕੀਤਾ। ਹਾਂ, ਕੇਸ ਪਾਇਆ ਸੀਗਾ, ਉਹਨਾਂ ਦੀ ਲੜਕੀ ਸੀਗੀ ਅਤੇ ਉਹ ਫਾਹ ਲੈ ਕੇ ਆਪ ਮਰੀ, ਅਤੇ ਉਹ ਨਾ ਇਹਦਾ ਲੱਗ ਗਿਆ, ਠੀਕ ਆ। ਤੁਹਾਨੂੰ ਲੱਗਦਾ ਕਿ ਉਸਦੀ ਰੰਜਿਸ਼? ਹਾਂ, ਉਸਦੀ ਜਿਹੜੀ ਰੰਜਿਸ਼ ਸੀ
ਉਹਨੂੰ ਕੱਢਣ ਦੇ ਬਦਲੇ ਇਹਨਾਂ ਨੇ ਸਾਡੇ ਪੁੱਤ ਨੂੰ ਗੋਲੀਆਂ ਮਾਰੀਆਂ ਅਤੇ ਮਰਵਾ ਦਿੱਤਾ।